ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ। ਤੇ ਅਸੀਂ ਫਿਰ ਆ ਗਏ ਹਾਂ, ਨਵੀਂ ਡਿਸ਼ ਲੈ ਗਏ ਇਨਸ਼ਾਅੱਲਾ। ਅੱਜ ਅਸੀਂ ਬਣਾਵਾਂਗੇ ਕੇਕ ਤੇ ਤੁਹਾਨੂੰ ਦੱਸਾਂਗੇ ਕੇਕ ਕਿਸ ਤਰ੍ਹਾਂ ਬਣਾਉਣਾ। ਅਸੀਂ ਸਭ ਤੋਂ ਪਹਿਲੇ ਅਸੀਂ ਇੱਕ ਕੱਪ ਲਵਾਂਗੇ ਦੁੱਧ ਦਾ। ਇਹ ਤੋਂ ਬਾਅਦ ਅਸੀਂ ਦੋ ਆਂਡੇ ਪਾਵਾਂਗੇ ਇਹਦੇ 'ਚ। ਦੋ ਆਂਡੇ ਇਹਦੇ 'ਚ ਪਾ ਤੇ ਚੰਗੀ ਤਰ੍ਹਾਂ ਫੈਂਟ ਲਵਾਂਗੇ ਅਸੀਂ। ਕੇਕ ਦਾ ਬਿਲਕੁਲ ਉਹੀ ਸਵਾਦ ਆਏਗਾ ਜਿਹੜਾ ਤੁਸੀਂ ਬਾਜ਼ਾਰੋਂ ਲਿਆ ਕੇ ਖਾਂਦੇ ਹੋ। ਫੁੱਲ ਇੱਕ ਕੱਪ ਮੈਦਾ ਅਸੀਂ ਛਾਣ ਕੇ ਰੱਖ ਲਿਆ ਸੀ, ਕਿਉਂਕਿ ਛਾਣਨਾ ਜ਼ਰੂਰੀ ਹੁੰਦਾ ਇਹਦੇ 'ਚ ਕੁਛ ਹੋਏ ਨਾ ਐਸਾ। ਇਹਨੂੰ ਅਸੀਂ ਛਾਣ ਲਿਆ ਸੀ, ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਨਾਲ। ਇਹਦੇ 'ਚ ਅਸੀਂ ਇੱਕ ਕੱਪ ਪਾਵਾਂਗੇ ਅਸੀਂ ਇਹਦੇ ਵਿੱਚ ਚੀਨੀ ਭਰ ਕੇ, ਚੀਨੀ ਦਾ ਤੁਸੀਂ ਪਾਊਡਰ ਵੀ ਚੀਨੀ ਦਾ ਪਾ ਸਕਦੇ ਹੋ, ਲੇਕਿਨ ਅਸੀਂ ਚੀਨੀ ਪਾਵਾਂਗੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਖੋਲਣਾ ਪਏਗਾ ਤੁਹਾਨੂੰ ਹਿਲਾ ਕੇ। 4 ਤੋਂ 5 ਮਿੰਟ ਅਸੀਂ ਚੀਨੀ, ਸਾਡੇ ਕੋਲ ਮੋਟੀ ਸੀ, ਸਾਡੇ ਕੋਲ ਚੀਨੀ ਮਿਕਸ ਨਹੀਂ ਦੂਸਰੀ ਨਹੀਂ ਸੀ ਹੈਗੀ, ਪੀਸੀ ਹੋਈ ਤਾਂ ਅਸੀਂ ਮੋਟੀ ਪਾ ਕੇ ਤੇ ਬਿਲਕੁਲ ਸਿਰਫ 5 ਮਿੰਟ ਪੂਰੇ ਅਸੀਂ ਇਹਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ। ਵੇਖੋ ਖੁੱਲ ਵੀ ਗਈ ਹੈ, ਇਹਦੇ 'ਚ ਅਸੀਂ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਮਿਕਸ ਕਰ ਦਾਂਗੇ। ਮੈਂਗੋ ਫਲੇਵਰ 1 ਚਮਚ ਭਰ ਕੇ ਅਸੀਂ ਪਾ ਦੇਵਾਂਗੇ ਇਹਦੇ 'ਚ ਫਲੇਵਰ ਵਾਸਤੇ ਚੰਗੀ ਤਰ੍ਹਾਂ। ਅਤੇ ਦੂਸਰਾ ਅਸੀਂ ਪਾਵਾਂਗੇ 1/6 ਚਮਚ ਬੇਕਿੰਗ ਸੋਡਾ, ਬਸ ਇੰਨਾ ਕੁ ਇਹਦੇ 'ਚ ਪਾਵਾਂਗੇ। ਚੁਟਕੀ ਇੱਕ ਪਾਵਾਂਗੇ ਇਹਦੇ 'ਚ ਅਸੀਂ ਜ਼ਰਦਾ ਕਲਰ, ਕਿਉਂਕਿ ਉਹਦੇ ਨਾਲ ਇਹਦਾ ਕਲਰ ਬੜਾ ਅੱਛਾ ਆ ਜਾਏਗਾ, ਸਿਰਫ 1 ਚੁਟਕੀ। ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਹ 'ਚ ਹੁਣ ਖਾਸ ਚੀਜ਼ ਜਿਹੜੀ ਅਸੀਂ ਪਾਵਾਂਗੇ ਉਹ ਹੈਗਾ ਮੁਰੱਬਾ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੇਸਕੀ ਜਿਹਦੇ 'ਚ ਅਸੀਂ ਕੇਕ ਬਣਾਉਣਾ। ਹੁਣ ਇਹਨੂੰ ਅਸੀਂ ਦੇਸਕੀ ਨੂੰ ਲੈ ਲਿਆ, ਇਹਦੇ 'ਚ ਲਾ ਲਾਂਗੇ ਸਾਰੇ 'ਚ ਅਸੀਂ ਆਇਲ ਕਿ ਨਾਲ ਜਿਹੜਾ ਚਿਪਕੇ ਨਾਲ ਸਾਡਾ ਛਾਪਰ ਜਿਹੜਾ ਲਾਉਣਾ ਅਸੀਂ। ਸਾਰੇ ਸਾਈਡ 'ਤੇ ਚੰਗੀ ਤਰ੍ਹਾਂ ਜਿਹੜਾ ਨਾ ਆਇਲ ਲਾ ਲੈਣਾ। ਇਹਦੇ 'ਚ ਅਸੀਂ ਛਾਪਰ ਰੱਖ ਲਵਾਂਗੇ ਇਸ ਤਰੀਕੇ ਦਾ। ਦੇਖੋ ਤੁਸੀਂ ਵੀ ਛਾਪਰ ਇਹਦੇ 'ਚ ਰੱਖ ਸਕਦੇ, ਕਿਉਂਕਿ ਆਸਾਨੀ ਨਾਲ ਬਾਅਦ 'ਚ ਕੇਕ ਸਾਡਾ ਜਿਹੜਾ ਬਾਹਰ ਨਿਕਲ ਆਏਗਾ। ਅਤੇ ਸਭ ਤੋਂ ਖਾਸ ਚੀਜ਼ ਜਿਹੜੀ ਰਹਿ ਗਈ ਇਹਦੇ 'ਚ ਪਾਉਣ ਵਾਲੀ, ਉਹ ਅਸੀਂ ਇਹਦੇ 'ਚ ਪਾਵਾਂਗੇ ਦੇਸੀ ਘਿਓ ਕੇਕ ਦੇ ਵਿੱਚ, ਕਿਉਂਕਿ ਸਭ ਤੋਂ ਐਂਡ 'ਤੇ ਪਾ ਕੇ ਇਹਦੇ 'ਚ ਮਿਕਸ ਕਰਾਂਗੇ। ਤੁਸੀਂ ਆਇਲ ਵੀ ਲੈ ਸਕਦੇ ਹੋ, ਦੇਸੀ ਘਿਓ ਵੀ ਲੈ ਸਕਦੇ ਹੋ, ਸਾਡੇ ਕੋਲ ਹੈਗਾ ਸੀ ਘਰ, ਅਸੀਂ ਇਹ ਪਾ ਲਵਾਂਗੇ ਥੋੜ੍ਹਾ ਜਿਹਾ। ਚੰਗੀ ਤਰ੍ਹਾਂ ਮਿਕਸ ਕਰਾਂਗੇ। ਅਸੀਂ ਇਹਦੀ ਛਾਪਰ ਰੱਖ ਲਿਆ, ਕੋਈ ਵੀ ਦੇਸੀ ਤੁਸੀਂ ਲੈ ਸਕਦੇ ਹੋ, ਜ਼ਰੂਰੀ ਨਹੀਂ ਕਿ ਮਾਸ ਦੀ ਘਿਓ ਹੋਵੇ, ਜਿਹੜੀ ਵੀ ਤੁਹਾਡੇ ਕੋਲ ਹੈ ਆ ਤੁਸੀਂ ਉਹ ਰੱਖ ਸਕਦੇ ਹੋ। ਇਹ ਪਾਤ ਹੈ, ਪਾਣੀ ਪਾ ਲਿਆ ਅਸੀਂ ਕੜਾਹੀ ਦੇ ਵਿੱਚ, ਉਹਨੂੰ ਅਸੀਂ ਰੱਖ ਲਿਆ ਚੁੱਲ੍ਹੇ 'ਤੇ। ਇੱਕ ਛੰਨੀ ਜਿਹੜੀ ਆ, ਇਹ ਦੇਖੋ ਅਸੀਂ ਛੰਨੀ ਇੱਕ ਲੈ ਲਈ ਹੈ, ਇਹਨੂੰ ਛੰਨੀ ਨੂੰ ਇਸ ਤਰੀਕੇ ਨਾਲ ਅਸੀਂ ਪੁੱਠਾ ਕਰਨਾ ਹੈ। ਪਾਣੀ ਅਸੀਂ ਇੰਨਾ ਕੁ ਪਾ ਲਿਆ ਕਿ ਛੰਨੀ ਸਾਡੀ ਡੁੱਬੇ ਨਾ ਵਿੱਚ। ਇਹਦੇ ਵਿੱਚ ਅਸੀਂ ਜਿਹੜਾ ਕੇਕ ਵਾਲੀ ਦੇਸ ਕੇ ਸਾਡੀ, ਉਹ ਅਸੀਂ ਇਸ ਛੰਨੀ ਦੇ ਉੱਤੇ ਰੱਖ ਲਵਾਂਗੇ। ਛੰਨੀ ਦੇ ਉੱਤੇ ਅਸੀਂ ਦੇਸ ਕੇ ਰੱਖ ਕੇ, ਕਿਉਂਕਿ ਛੰਨੀ ਦੇਸ ਕੇ ਇੰਜ ਰੱਖਣੀ ਹੈ ਕਿ ਜਿਹੜੀ ਨਾ ਕੜਾਹੀ ਦੇ ਨਾਲ ਸਾਡੀ ਨਾ ਅਟੈਚ ਨਾ ਹੋਵੇ। ਇਹਨੂੰ ਅਸੀਂ ਢੱਕਣਾ ਦੇ ਕੇ ਕਵਰ ਕਰ ਦਾਂਗੇ ਤੇ ਘੰਟਾ ਜਿਹੜਾ ਇਹਨੂੰ ਹਲਕੀ ਅੱਗ ਤੇ ਬਿਲਕੁਲ ਰੱਖਾਂਗੇ, ਘੰਟਾ 1.5 ਘੰਟਾ ਵੀ ਲੱਗ ਸਕਦਾ ਹਲਕੀ ਅੱਗ ਤੇ ਬਿਲਕੁਲ। ਇਹ ਦੇਖੋ ਇਸ ਤਰੀਕੇ ਨਾਲ ਅਸੀਂ ਇਹਨੂੰ ਢੱਕ ਲਾਂਗੇ, ਇਹਨੂੰ ਹਲਕੀ ਅੱਗ ਤੇ ਅਸੀਂ ਰੱਖ ਦਾਂਗੇ, ਇਹਨੂੰ ਘੰਟੇ ਬਾਅਦ ਚੈੱਕ ਕਰਾਂਗੇ ਇਨਸ਼ਾਅੱਲਾ ਤੇ ਬਿਲਕੁਲ ਕੇਕ ਸਾਡਾ ਰੈਡੀ ਹੋ ਜਾਏਗਾ, ਤੁਹਾਨੂੰ ਦੱਸਾਂਗੇ ਬਣਾ ਕੇ। ਕੇਕ ਸਾਡਾ ਰੈਡੀ ਹੋ ਗਿਆ, ਸਾਨੂੰ 1 ਘੰਟਾ ਤੇ 20 ਮਿੰਟ ਹੋ ਗਏ ਨੇ ਉੱਤੇ ਰੱਖੇ ਦੇ, ਹੁਣ ਅਸੀਂ ਲਾ। ਮਾਸ਼ਾਅੱਲਾ ਵੇਖੋ ਕੇਕ ਸਾਡਾ ਬਣ ਕੇ ਰੈਡੀ ਹੋ ਗਿਆ, ਕਿੰਨਾ ਪਿਆਰਾ ਆ, ਕਲਰ ਵੀ ਬੜਾ ਸੋਹਣਾ ਆ ਗਿਆ ਤੇ ਆ ਵੇਖੋ ਬਿਲਕੁਲ ਨਰਮ ਨਰਮ ਆ ਪੋਲਾ।
ਤੇ ਬੜਾ ਮਜ਼ੇਦਾਰ ਬਣ ਗਿਆ। ਫੋਲੋ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਤੇ ਬੈਲ ਤੇ ਹੱਥ ਮਾਰ ਦੇਣਾ। ਤੁਹਾਡੀ ਤਰਫੋਂ ਸਾਡੇ ਵਾਸਤੇ ਪਿਆਰ ਮੁਹੱਬਤ ਹੈ ਤੇ ਫਿਰ ਸਾਡੀ ਮਦਦ ਕਰ ਦੇਣਾ ਇਨਸ਼ਾਅੱਲਾ। ਤੁਹਾਡੀ ਮਦਦ ਨਾਲ ਅੱਗੇ ਵੱਧਦੇ ਰਹਾਂਗੇ ਤੇ ਫਿਰ ਮਿਲਾਂਗੇ ਅਗਲੀ ਡੇਸ਼ ਨਾਲ। ਅਸਲਾਮ ਵਾਲੇਕੁਮ।